ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸਵਾਖਾ ਡਿਜ਼ਾਈਨ ਹੈ ਤੇ ਇਸ ਨੂੰ ਆਪਾਂ ਲੇਡੀਜ਼ ਕੋਟੀ ਤੇ ਪਾ ਸਕਦੇ ਹਾਂ ਵਾਈਟ ਕੋਟੀ ਤੇ ਕਰੀਮ ਤੇ ਬਲੈਕ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਹੋ ਬਹੁਤ ਉਬਰੀਆ ਬ੍ਰੇਡ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਬਸ ਦੋ ਸਲਾਈਆਂ ਦਾ ਡਿਜ਼ਾਈਨ ਹੈ ਤੇ ਗੈਪ ਵਾਸਤੇ ਤੁਸੀਂ ਜਿੰਨੀਆਂ ਚਾਹੋ ਸਲਾਈਆਂ ਪਾ ਸਕਦੇ ਹੋ ਉਹ ਤੁਹਾਡੀ ਖੁਦ ਦੀ ਮਰਜ਼ੀ ਹੈ ਤੇ ਦੋ ਦੋ ਦੇ ਹਿਸਾਬ ਨਾਲ ਹੀ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਤੁਸੀਂ ਕੋਈ ਵੀ ਆਪਣਾ ਬਾਰਡਰ ਬਣਾ ਲਓ نیچے ਬਾਰਡਰ ਬਣਾਉਣ ਤੋਂ ਬਾਅਦ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਸ਼ੁਰੂ ਕਰ ਸਕਦੇ ਜੇ ਤੇ ਸਭ ਤੋਂ ਪਹਿਲਾਂ ਆਪਾਂ ਗੈਪ ਵਾਲੀ ਸਲਾਈ ਪਾ ਲਾਂਗੇ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਪੂਰੀ ਸਿੱਧੀ ਸਿੱਧੀ ਪਾ ਲੈਣੀ ਹੈ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਪੂਰੀ ਆਪਾਂ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਤੇ ਤੁਸੀਂ ਦੋ ਸਲਾਈਆਂ ਦਾ ਬੇਸ਼ੱਕ ਗੈਪ ਪਾ ਲਓ ਜਾਂ ਤੁਸੀਂ ਚਾਰ ਸਲਾਈਆਂ ਦਾ ਪਾ ਲਓ ਇਹ ਤੁਹਾਡੀ ਆਪਣੀ ਚੋਇਸ ਹੈ ਜੇ ਤੁਸੀਂ ਡਿਜ਼ਾਈਨ ਸੰਗਣਾ ਬਣਾਉਣਾ ਚਾਹੁੰਦੇ ਹੋ ਤੇ ਦੋ ਸਲਾਈਆਂ ਦਾ ਹੀ ਗੈਪ ਪਾ ਲਓ ਜੇ ਤੁਸੀਂ ਡਿਜ਼ਾਈਨ ਨੂੰ ਥੋੜਾ ਜਿਨਾ ਵਿਰਲਾ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਚਾਰ ਸਲਾਈਆਂ ਦਾ ਗੈਪ ਪਾ ਸਕਦੇ ਜੀ ਤੇ ਇਹ ਡਿਜ਼ਾਈਨ ਜਿਹੜਾ ਬਲੈਕ ਕੋਟੀ ਤੇ ਵੀ ਬਹੁਤ ਹੀ ਸੋਹਣਾ ਲੱਗੇਗਾ ਹੁਣ ਪਹਿਲੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲਈਆ ਤੇ ਦੂਸਰੀ ਸਲਾਈ ਜਿਹੜੀ ਉਲਟੇ ਪਾਸਿਓ ਇਹ ਆਪਾਂ ਉਲਟੀ ਉਲਟੀ ਬਣਾ ਲਾਂਗੇ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਆ ਬਿਗਿਨਰ ਜਿਹੜੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਡਿਜ਼ਾਈਨ ਨਹੀਂ ਆਉਂਦੇ ਜਾਂ ਉਹਨਾਂ ਨੂੰ ਡਿਜ਼ਾਈਨ ਇਹ ਜੇ ਸਮਝ ਨਹੀਂ ਆਉਂਦੇ ਨਵੀਂ-ਨਵੀਂ ਨਿਟਿੰਗ ਸਿੱਖੀ ਆ ਤੇ ਉਹ ਵੀ ਇਸ ਡਿਜ਼ਾਈਨ ਨੂੰ ਬਣਾ ਕੇ ਰੈਡੀ ਕਰ ਸਕਦੇ ਨੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਤੇ ਬਹੁਤ ਉੱਬਰ ਉੱਬਰ ਕੀ ਹੁੰਦਾ ਹੈ ਡਿਜ਼ਾਈਨ ਤੇ ਬਨ ਵੀ ਜਲਦੀ ਜਾਂਦਾ ਹੈ ਹੁਣ ਦੋ ਸਲਾਈਆਂ ਗੈਪ ਵਾਲੀਆਂ ਜਿਹੜੀਆਂ ਇਹ ਆਪਾਂ ਪਾ ਲਈਆਂ ਨੇ ਹੁਣ ਆਪਾਂ ਬਣਾਵਾਂਗੇ ਤੀਸਰੀ ਸਲਾਈ ਸਿੱਧੇ ਪਾਸਿਓਂ ਵੇਖੋ ਕਿਵੇਂ ਬਣਾਉਣਾ ਹੈ ਡਿਜ਼ਾਈਨ ਪਹਿਲਾ ਕੁੰਡਾ ਜਿਹੜਾ ਇਹਨੂੰ ਤੁਸੀਂ ਸਲਿੱਪ ਕਰ ਲੈਣਾ ਹੈ ਅਗਲਾ ਜਿਹੜਾ ਕੁੰਡਾ ਇਹਨੂੰ ਆਪਾਂ ਵੇਖੋ ਇੱਕ ਵਾਰੀ ਇਸ ਤਰ੍ਹਾਂ ਬੁਣ ਲਿਆ ਫਿਰ ਜਾਲੀ ਪਾ ਦੇਾਂਗੇ ਵਿੱਚ ਤੇ ਇੱਕ ਵਾਰ ਦੁਬਾਰਾ ਪੁੰਦਾਂਗੇ ਇਹ ਸਾਡੇ 1 ਤੋਂ 3 ਕੁੰਡੇ ਹੋ ਗਏ ਹੁਣ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਤੇ ਉਸ ਤੋਂ ਅਗਲੇ ਕੁੰਡੇ ਨੂੰ ਫੇਰ ਇਸੇ ਤਰ੍ਹਾਂ ਕਰਾਂਗੇ ਇਹ ਹੀ ਦੋ ਕੁੰਡੇ ਜਿਹੜੇ ਆਪਾਂ ਰਿਪੀਟ ਕਰਦੇ ਜਾਣਾ ਪੂਰੀ ਸਲਾਈ ਦੇ ਵਿੱਚ ਇੱਕ ਕੁੰਡਾ ਸਲਿੱਪ ਕਰ ਲਿਆ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰ ਲਏ ਫਿਰ ਇੱਕ ਗੁੰਡਾ ਸਲਿੱਪ ਕਰ ਲਿਆ ਇੱਕ ਗੁੰਡੇ ਤੋਂ ਤਿੰਨ ਗੁੰਡੇ ਇੱਕ ਵਾਰੀ ਬੁਣ ਲਿਆ ਜਾਲੀ ਪਾਤੀ ਇੱਕ ਵਾਰ ਦੁਬਾਰਾ ਬੁਣ ਲਿਆ ਫਿਰ ਵੇਖੋ ਇੱਕ ਗੁੰਡੇ ਤੋਂ ਤਿੰਨ ਗੁੰਡੇ ਇੱਕ ਗੁੰਡਾ ਬਿਨਾਂ ਬੁਨੇ ਉਤਾਰਦੇ ਜਾਣਾ ਵਾ ਤੇ ਇੱਕ ਗੁੰਡੇ ਤੋਂ ਆਪਾਂ ਤਿੰਨ ਗੁੰਡੇ ਕਰਦੇ ਜਾਣਾ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਹੈ ਬਿਗਨਰ ਇਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾ ਕੇ ਰੈਡੀ ਕਰ ਸਕਦੇ ਨੇ ਤੇ ਲਾਸਟ ਤੇ ਫੇਰ ਵੇਖੋ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰ ਦੇਣੇ ਆ ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਡਿਜ਼ਾਈਨ ਦੀ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਆ ਗਿਆ ਚੌਥੀ ਸਲਾਈ ਤੇ ਪਹਿਲਾ ਕੁੰਡਾ ਤੇ ਸਲਿੱਪ ਕਰ ਲੈਣਾ ਧਾਗਾ ਬੈਕ ਸਾਈਡ ਤੇ ਕਰ ਲੈਣਾ ਹੁਣ ਆਪਣਾ ਆ ਜਿਹੜੇ ਤਿੰਨ ਕੁੰਡਿਆ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਤਿੰਨ ਤੋਂ ਇੱਕ ਕਰ ਦੇਣਾ ਸਿੱਧਾ ਬੁੰਦੇ ਹੋਏ ਇੱਕ ਕੁੰਡਾ ਜਿਹੜਾ ਸਲਿੱਪ ਕੀਤਾ ਸੀ ਇਹਨੂੰ ਫੇਰ ਸਲਿੱਪ ਕਰ ਲੈਣਾ ਤੇ ਆ ਜਿਹੜੇ ਤਿੰਨ ਕੁੰਡੇ ਆ ਇਹਨਾਂ ਨੂੰ ਬੈਕ ਲੂਪ ਦੇ ਨਾਲ ਫੇਰ ਇੱਕ ਕਰ ਦੇਣਾ ਧਾਗਾ ਸਾਡਾ ਇੱਧਰ ਸਾਈਡ ਹੀ ਰਹੇਗਾ ਇੱਕ ਕੁੰਡਾ ਸਲਿੱਪ ਕਰ ਲਿਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਇੱਕ ਕੁੰਡਾ ਇਸ ਤਰ੍ਹਾਂ ਉਤਾਰ ਲਿਆ ਜਿਹੜਾ ਪਹਿਲਾਂ ਆਪਾਂ ਉਤਾਰਿਆ ਸੀ ਉਹਨੂੰ ਇਸ ਵਰ ਫਿਰ ਉਤਾਰ ਦੇਣਾ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਇੱਕ ਕੁੰਡਾ ਸਲਿੱਪ ਕਰ ਲਿਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਇੱਕ ਕੁੰਡਾ ਸਲਿੱਪ ਕਰ ਲਿਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਫਿਰ ਇੱਕ ਕੁੰਡਾ ਸਲਿੱਪ ਕਰ ਲਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਇੱਕ ਕੁੰਡਾ ਸਲਿੱਪ ਕਰ ਲਿਆ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਕਿ ਹੁਣ ਡਿਜ਼ਾਈਨ ਦੀਆਂ ਸਾਡੀਆਂ ਜਿਹੜੀਆਂ ਚਾਰ ਸਲਾਈਆਂ ਬਣ ਗਈਆਂ ਨੇ ਹੁਣ ਪੰਜਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਹੈ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲੈਣੇ ਪੂਰੀ ਆਪਾਂ ਸਲਾਈ ਜਿਹੜੀ ਆ ਪੰਜਵੀਂ ਸਲਾਈ ਡਿਜ਼ਾਈਨ ਦੀ ਪੂਰੀ ਆਪਾਂ ਸਿੱਧੀ ਸਤਿਵ ਨਾਲ ਲੈਣੀ ਆ ਹੁਣ ਛੇਵੀਂ ਸਲਾਈ ਵੇਖੋ ਕਿਵੇਂ ਬਣਾਵਾਂਗੇ ਛੇਵੀਂ ਸਲਾਈ ਆਪਾਂ ਪੂਰੀ ਉਲਟੇ-ਉਲਟੇ ਬਣਾ ਲੈਣੀ ਆ ਛੇ ਸਲਾਈ ਪੂਰੀ ਉਲਟੀ ਬਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਬਸ ਇਹੀ ਛੇ ਸਲਾਈਆਂ ਜਿਹੜੀਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਬਹੁਤ ਹੀ ਸੋਹਣਾ ਸਾਡਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਹੈ ਮੇਰੇ ਕੋ ਇਸ ਤਰੀਕੇ ਦਾ ਡਿਜ਼ਾਈਨ ਲੱਗਦਾ ਹੈ ਫਿਰ ਆਪਾਂ ਉਲਟੀ ਸਿੱਧੀ ਸਲਾਈ ਬਣਾਵਾਂਗੇ ਤੇ ਫਿਰ ਆ ਡਿਜ਼ਾਈਨ ਵਾਲੀ ਸਲਾਈ ਬਣਾਵਾਂਗੇ ਬਸ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਨਾਲ ਬਣਦਾ ਜਾਣਾ ਬਲੈਕ ਤੇ ਤੁਸੀਂ ਬਣਾਓਗੇ ਤੇ ਬਲੈਕ ਤੇ ਵੀ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ